ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਕਿਆ ਹਾਲ ਚਾਲ। ਤੁਹਾਡੇ ਲਈ ਨਈ ਵੀਡੀਓ ਕਵਰ ਕਰਨ ਲਈ ਪਹੁੰਚ ਚੁੱਕੇ ਹਾਂ। ਦੋਸਤੋ, ਇਸ ਵੇਲੇ ਅਸੀਂ ਜਿਹੜੀ ਜਗ੍ਹਾ 'ਤੇ ਆਏ ਉਹ ਇੱਕ ਯੂਨੀਕ ਹੈਗੀ ਆ। ਕਿਉਂ? ਕਿਉਂਕਿ ਇੱਥੇ ਟ੍ਰੈਡੀਸ਼ਨ ਫੂਡ ਮਿਲ ਰਿਹਾ ਜੀ, ਜੋ ਕਿ ਜਲੰਧਰ ਵਿੱਚ ਕੀ ਜਾਂ ਲੁਧਿਆਣੇ ਵਿੱਚ ਕੀ ਜਾਂ ਚੰਡੀਗੜ੍ਹ ਵਿੱਚ ਕੀ ਜਾਂ ਅੰਮ੍ਰਿਤਸਰ ਵਿੱਚ ਕੀ, ਮੇਰੇ ਖਿਆਲ ਇਸ ਵੇਲੇ ਅਲੋਪ ਹੋ ਚੁੱਕਾ ਹੈ। ਅਤੇ ਅਸੀਂ ਉਸ ਫੂਡ ਨੂੰ ਕਵਰ ਕਰਨ ਆਏ ਹਾਂ, ਨਾ ਕੇਵਲ ਇਹਨਾਂ ਫੂਡ ਕਵਰ ਕਰਨਾ ਹੈ ਅਤੇ ਇਹਨਾਂ ਦੀ ਅਸੀਂ ਸਟੋਰੀ ਵੀ ਜਾਣਦੇ ਹਾਂ। ਅਤੇ ਆਓ ਫਿਰ ਅੰਦਰ ਚੱਲਦੇ ਹਾਂ ਅਤੇ ਕੀ ਹੈਗਾ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਇਹ ਜਿਹੜਾ ਬਿਜ਼ਨਸ ਹੈ ਇਹ 100 ਸਾਲ ਪੁਰਾਣਾ ਹੈ। ਇਹ ਮੇਰੇ ਦਾਦਾ ਜੀ ਨੇ ਪਾਕਿਸਤਾਨ ਤੋਂ ਹੀ ਇਹ ਬਿਜ਼ਨਸ ਸਟਾਰਟ ਕੀਤਾ ਸੀਗਾ ਅਤੇ ਅੱਜ ਸਾਡੀ ਤੀਸਰੀ ਜਨਰੇਸ਼ਨ ਇਹ ਕੰਮ ਕਰ ਰਹੀ ਆ। ਉਹਨਾਂ ਦਾ ਜਨਮ ਪਾਕਿਸਤਾਨ ਗੁਜਰਾਂਵਾਲੇ ਦੇ ਵਿੱਚ ਹੋਇਆ ਅਤੇ ਉੱਥੋਂ ਹੀ ਉਹਨਾਂ ਨੇ ਸਾਰਾ ਬਿਜ਼ਨਸ ਇਹ ਆਪਣਾ ਕੰਮ ਸਿੱਖਿਆ ਅਤੇ ਕੰਮ ਦੀ ਸਟਾਰਟਿੰਗ ਵੀ ਉਹਨਾਂ ਨੇ ਗੁਜਰਾਂਵਾਲੇ ਤੋਂ ਹੀ ਕੀਤੀ। ਗੁਜਰਾਂਵਾਲੇ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਦੋਂ 47 ਦੇ ਵਿੱਚ ਵੰਡ ਹੋਈ ਉਦੋਂ ਇੱਧਰ ਆ ਕੇ ਉਹਨਾਂ ਨੇ ਇਹੀ ਬਿਜ਼ਨਸ ਸਟਾਰਟ ਕੀਤਾ। ਉਸ ਤੋਂ ਬਾਅਦ ਜਦੋਂ ਉਹ ਪਾਕਿਸਤਾਨ ਤੋਂ ਆਏ ਇੱਥੇ ਉਦੋਂ ਉਸ ਟਾਈਮ ਮਾਹੌਲ ਬਹੁਤ ਖਰਾਬ ਸੀਗਾ, ਆ ਕੇ ਉਹਨਾਂ ਨੇ ਬਿਜ਼ਨਸ ਉੱਥੋਂ ਸਟਾਰਟ ਕੀਤਾ। ਸਟਾਰਟ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਛੋਟੀ ਜਿਹੀ ਰੇਹੜੀ ਤੋਂ ਬਿਜ਼ਨਸ ਸਟਾਰਟ ਕੀਤਾ। ਜਦੋਂ ਇੱਥੇ ਉਹਨਾਂ ਨੇ ਬਿਜ਼ਨਸ ਸਟਾਰਟ ਕੀਤਾ ਲੋਕ ਉਸ ਪੁਰਾਣੀ ਜਨਰੇਸ਼ਨ ਨੂੰ ਭੁੱਲ ਚੁੱਕੇ ਸੀਗੇ, ਪਰ ਉਹਨਾਂ ਨੇ ਆ ਕੇ ਫਿਰ ਇਹ ਨਵਾਂ ਟ੍ਰੈਡੀਸ਼ਨਲ ਲੋਕਾਂ ਦੇ ਮਨ 'ਚ ਆ ਕੇ ਜਗ੍ਹਾ ਬਣਾਈ ਅਤੇ ਹੁਣ ਅੱਜ ਦੀ ਡੇਟ 'ਚ ਬਹੁਤ ਫੇਮਸ ਹੈ ਜੀ। ਦੂਰੋਂ ਦੂਰੋਂ ਲੋਕ ਟੇਸਟ ਕਰਨ ਵਾਸਤੇ ਆਉਂਦੇ ਆ, ਜਲੰਧਰ ਤੋਂ, ਦਿੱਲੀ ਤੋਂ, ਲੁਧਿਆਣੇ ਤੋਂ, ਅੰਮ੍ਰਿਤਸਰ ਤੋਂ। ਇਹ ਆਈਟਮ ਤੁਹਾਨੂੰ ਪੰਜਾਬ ਦੇ ਵਿੱਚ ਹੋਰ ਕਿਤੇ ਨਹੀਂ ਮਿਲੇਗੀ। ਹਲਵਾ ਜੀ ਆਪਾਂ ਦੇਸੀ ਘਿਓ ਦਾ ਬਣਾਈਦਾ, ਸੂਜੀ ਦਾ। ਉਸ ਤੋਂ ਬਾਅਦ ਜਿਹੜਾ ਕਤਲੰਮਾ ਉਹ ਨਮਕੀਨ ਹੁੰਦਾ ਜੀ, ਇਹ ਚਾਵਲਾਂ ਦੇ ਆਟੇ ਦਾ ਅਤੇ ਮੈਦੇ ਦਾ ਤਿਆਰ ਹੁੰਦਾ ਜੀ। ਇਹ ਬਿਲਕੁਲ ਇੱਕ ਨਮਕੀਨ ਅਤੇ ਮਿੱਠੇ ਦਾ ਕੋਂਬੀਨੇਸ਼ਨ ਹੈ ਜੀ। ਇਹ ਇੰਨੀ ਯੂਨੀਕ ਆਈਟਮ ਹੈ ਜੀ, ਇਹ ਚੀਜ਼ ਤੁਹਾਨੂੰ ਹੋਰ ਕਿਤੇ ਨਹੀਂ ਪੰਜਾਬ 'ਚ ਮਿਲੂਗੀ। ਇਸ ਕਰਕੇ ਮੈਂ ਲੋਕ ਇਹਨੂੰ ਪਸੰਦ ਕਰਦੇ ਆ। ਇਹਦੇ ਕਰਕੇ ਆਪਾਂ ਬਾਹਰ ਵੀ ਕੰਮ ਕਰਨ ਜਾਈਦੇ, ਗੁਜਰਾਤ ਦੇ ਵਿੱਚ, ਬੋਂਬੇ ਵੀ, ਦਿੱਲੀ ਦੇ ਵਿੱਚ। ਇਹ ਆਪਣਾ ਟ੍ਰੈਡੀਸ਼ਨਲ ਆਪਾਂ ਲੈ ਕੇ ਜਾਂਦੇ ਹਾਂ ਅਤੇ ਉੱਥੇ ਲੋਕ ਇਹਨੂੰ ਬਹੁਤ ਪਸੰਦ ਕਰਦੇ। ਇਸ ਤੋਂ ਇਲਾਵਾ ਆਪਾਂ ਦੇਸੀ ਘਿਓ ਦੀ ਪੂੜੀ ਬਣਾਈ ਦੀ ਹੈ। ਪੂੜੀ ਦੇ ਨਾਲ ਆਲੂ, ਚਨੇ ਨਾਲ 5-6 ਤਰ੍ਹਾਂ ਦਾ ਅਚਾਰ ਬਣਾਈ ਦਾ ਜੀ। ਔਰ ਆਪਣੀ ਸਪੈਸ਼ਲਿਟੀ ਇਹ ਜੀ, ਪੂੜੀ 'ਚ ਜਿਹੜੀ ਆਪਾਂ ਸਬਜ਼ੀ ਬਣਾਈ ਦੀ ਉਹ 'ਚ ਪਿਆਜ਼ ਲਸਣ ਨਹੀਂ ਯੂਜ਼ ਕਰੀਦਾ। ਔਰ ਸਾਰਾ ਜਿਹੜਾ ਮਸਾਲੇ ਵੀ ਆ ਕੋਈ ਬਾਜ਼ਾਰ ਦਾ ਯੂਜ਼ ਨਹੀਂ ਕਰੀਦਾ, ਸਾਰੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਆਪ ਕਰੀਦੀ ਹੈ ਤਿਆਰ। ਪੂੜੀ ਦੇ ਨਾਲ ਜਿਹੜੇ ਆਪਾਂ ਅਚਾਰ ਦੇਈਦੇ ਆ ਉਹ ਅਚਾਰ ਵੀ ਕੋਈ ਬਾਜ਼ਾਰੀ ਨਹੀਂ ਹੈਗੇ, ਉਹ ਅਚਾਰ ਆਪਾਂ ਆਪ ਤਿਆਰ ਕਰੀਦੇ ਆ। ਔਰ ਸਬਜ਼ੀਆਂ ਦੇ ਵਿੱਚ ਜਿਹੜੇ ਮਸਾਲੇ ਵੀ ਯੂਜ਼ ਹੁੰਦੇ ਆ ਉਹ ਮਸਾਲਾ ਆਪਾਂ ਖੁਦ ਤਿਆਰ ਕਰੀਦਾ, ਕੋਈ ਬਾਜ਼ਾਰ ਦਾ ਮਸਾਲਾ ਨਹੀਂ ਯੂਜ਼ ਕਰੀਦਾ ਪੀਸਿਆ, ਉਹ ਮਸਾਲੇ ਸਾਬਤ ਲਿਆ ਕੇ ਉਹ ਆਪਾਂ ਆਪ ਤਿਆਰ ਕਰੀਦਾ ਮਸਾਲਾ। ਆਪਣੀਆਂ ਦੋ ਦੁਕਾਨਾਂ ਨੇ ਜੀ, ਇੱਕ ਪੁਰਾਣੀ ਦੁਕਾਨ ਜਿਹੜੀ ਮਿੱਠੇ ਬਾਜ਼ਾਰ ਆ ਜੱਗੂ ਚੌਂਕ ਦੇ ਨਾਲ ਬਿਲਕੁਲ, ਅਤੇ ਜਿਹੜੀ ਆਪਣਾ ਦੂਸਰੀ ਦੁਕਾਨ ਹੈ ਉਹ ਮੋਲ ਟਾਊਨ ਤੋਂ ਮਿੱਠਾਪੁਰ ਰੋਡ ਨੂੰ ਆਉਂਦੇ ਆ। ਮੋਲ ਟਾਊਨ ਤੋਂ ਜਦੋਂ ਆਪਾਂ ਮਿੱਠਾਪੁਰ ਰੋਡ ਆਉਂਦੇ ਹਾਂ PPR ਮੋਲ ਤੋਂ ਪਹਿਲਾਂ ਦੁਕਾਨ ਹੈ ਗੁਜਰਾਂਵਾਲਾ ਸਵੀਟਸ। ਦੋਸਤੋ, ਇਸ ਵੇਲੇ ਇਹਨੇ ਸਪੈਸ਼ਲ ਪਿੱਠੀ ਵਾਲੀ ਪੂੜੀ ਜਿਹਦੇ ਨਾਲ ਇਹਨਾਂ ਨੇ ਦੋ ਸਬਜ਼ੀਆਂ, ਇੱਕ ਛੋਲੇ ਦੀ ਸਬਜ਼ੀ, ਇੱਕ ਆਲੂ ਦੀ ਸਬਜ਼ੀ ਨਾਲ 6 ਤਰ੍ਹਾਂ ਦੇ ਅਚਾਰ, ਅਤੇ ਸਪੈਸ਼ਲ ਇਹਨਾਂ ਦੇ ਉੱਤੇ ਇਹਨਾਂ ਨੇ ਅੰਬ ਦੀ ਜੁਲੋਂਜੀ ਹੈਗੀ ਪਾਈ ਆ। ਅਤੇ ਨਾਲ ਦੋਸਤੋ ਸਾਡੇ ਕੋਲ ਕਤਲੰਮਾ ਆ ਗਿਆ, ਦੇਖ ਸਕਦੇ ਹੋ। ਦੋਸਤੋ ਪੂੜੀ ਦਾ ਸਾਈਜ਼ ਦੇਖ ਸਕਦੇ ਹੋ, ਕਿਆ ਬਾਤ ਹੈ ਜੀ। ਹੱਥ ਜਿੰਨਾ ਲੰਬਾ ਅਤੇ ਥੋੜ੍ਹਾ ਸ਼ੂਟ ਕਰਦੇ ਕਰਦੇ ਹਲਕਾ ਠੰਡਾ ਹੋ ਗਿਆ ਹੋਊਗਾ, ਪਰ ਬਾਕੀ ਇੱਕਦਮ ਵਧੀਆ ਦਿਖ ਰਿਹਾ। ਐਂਡ ਟੇਸਟ ਕਰਦੇ ਹੋ,
टेस्ट है ना दोस्तों, क्या बात है जी। जो आलू में चन मसाले नॉर्मल है कि उनसी नाल अचार दे नाल टेस्ट करांगे। दोस्तों गल की है इन्हों की पूड़ी कमाल दी हैगी जी, एंड जी गल की है ये ना जो इन्होंने नाल अचार दिते छे तरह के अचार, एंड है जी हर अचार का अपना अपना वक्रा टेस्ट हैगा, कोई मिठा है कोई खट्टा है, एंड कमाल दे छे तरह के अचार सन दसे सीगे, वो वाले अचार असी टेस्ट किए हैं। उस मैंने स्पैशल ये लगा वो है जी इन्हों का जिंजर का अचार, एंड नाल जो अंब की लौंजी, क्या बात है जी। और बाकी अचार भी बड़े वधिया है, आमले का अचार भी कमाल दा ही है। स्पैशल गल जी अपने मसाले पीसे हुए हैं, एंड हूँ असी टेस्ट करन जा रहे हैं अपना कतलामा। जिन्ना चिर तक दोस्तों साडा कड़ा कतलामा आ रहा उन्ना चिर तक असी तुहानू लोकेशन दस दिंदे हां। लोकेशन बड़ी सिंपल हैगी आ, इह पी वी आर मार्केट बिल्कुल नेड़े शॉप हैगी गुजरा स्वीट शॉप, तुसीं किसी नूं पुछ के आ सकदे हो इत्थे। दोस्तों हाथ में आ चुका इन्हों का कड़ा कतलामा, गर्म गर्म कड़ा कतलामा। इन्नी ठंड में ना जी कड़ा कतलामा सोने के सुहागे वर्गा ही है, एंड गल किते हुण टेस्ट करते। तो पहले तुहानू दस दें सर्व करने का तरीका भी बड़ा यूनीक हैगा, इन्होंने पत्ते के बाउल में इनू सर्व किया, जे इनू बिल्कुल देसी ट्रडिशन में इन्होंने सर्व किया, एंड चलो फिर टेस्ट करते हैं। मिठा बिल्कुल दोस्तों प्रोपर हैगा, एंड जो नमकीन का टेस्ट आ रहा दोनों का जो बैलेंस में भी कॉम्बीनेशन आ रहा कमाल का ही है। एंड दोस्तों इन्नी ठंड में ना एक गर्म गर्म चीज़ ना सोने के सुहागे वर्गी चीज़ है जी, लाजवाब। एंड दोस्तों देसी घ्यो का जो फ्लेवर हैगा ना वो बिल्कुल कायम हैगा, टेस्ट करन ते पता चलता कि असली देसी घ्यो ही पिया है, नहीं तो कई बार लोग की करते देसी घ्यो की जगह विच घर रिफाइंड पा देंगे तो वह टेस्ट का मर जाता टेस्ट, पर टेस्ट बिल्कुल कायम है। हाँ जी भाजी फिर टेस्ट किदा लग रहा जी? बहुत वधिया जी, बहुत ज़्यादा वधिया। तो किन्ने चिर दवा रहे? असीं तां बहुत साल दवा रहे हैं जी इत्थे। आइडिया इन्हां दी मिठे बाजार भी दुकान हैगी है, बहुत साल तों असीं इन्हां दा सारे एक तो एक वधिया जी। ऑलमोस्ट दोस्तों जो ट्रेडिशनल फूड हैगा यह लगभग हर शहर में जो अलोप हो जा रहा, पर इन्होंने एकदम बरकरार रखे इतने, एंड यही आशा इन्हों की कि अगों की होर इन वे लैवल लैके जाए ता कि हर किसी स्टेट में पता चल सके कि कड़ा कतलामा की है तो इदा का टेस्ट किदा का हैगा। ऑलराउंड जिहड़ियां ने चीज़ां हैगियां लाजवाब हैगियां, एंड जे तुहानूं वीडियो वधिया लगी होए ना लाइक शेयर कमेंट कर दिओ, ते इदां दी कोई यूनीक चीज़ तुहानूं पता होवे जलंधर विच जां कितें भी मिलदी होए वो सानूं कमेंट विच दस दिओ, असीं उत्थे जाके टेस्ट करांगे जी। ते पूड़ी भी आ गई, एक होर लो दिओ, आ देख सकदे हो गरम गरम पूड़ी आ गई इस वेले, क्या बात है जी। ते हुण वीडियो एंड कर दें जी, पहला एंड करना भुल गए। तो वीडियो वधिया लगी लाइक शेयर कमेंट कर दिए, चैनल सब्सक्राइब कर दिए, एंड मिलते हैं फिर अगली वीडियो में। बाय बाय।